ਗੇੜਾ ਮਿੱਤਰਾਂ ਨਾਲ ਲੈਣਾ ਇੱਕ ਦਿੱਲੀ ਰਾਣੀ ਸ਼ਿਕੇ ਦਾ ਰੰਗ ਲੱਗ ਜੂ ਪੁੱਤ ਜੱਟਾਂ ਮੇਰੇ ਛੱਡ ਗਏ ਡਰਾਈਵਰੀ ਨੀ ਸੜਕਾਂ ਨੂੰ ਜੰਗ ਲੱਗ ਜੂ ਹੋਰ ਰੂਲ ਕੀਤਾ ਲਾਗੂ ਤਿੰਨੇ ਹਿੱਟੇ ਡਿਆ ਨੇ ਗੱਲ ਲੈ ਤੂੰ ਮਨ ਨਿਕਲੇ ਸਜਾਊਗਾ ਬਦ ਉਹ ਸੌਖੀ ਨੀ ਡਰਾਈਵਰੀ ਬਿਲੋ ਸੱਪ ਦੀ ਸਰੀ ਤੇ ਨੋਟ ਚੱਕਣੇ ਨੀ ਸੌਖੀ ਨੀ ਡਰਾਈਵਰੀ ਬਿਲੋ। ਗਾਇਕੀ ਦਾ ਰੁੱਖ ਜਿਹੜਾ 2024 ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਡਰਾਈਵਰ ਭਾਈਚਾਰੇ ਨੂੰ, ਕੰਮਾਂ ਕਾਰਾਂ ਤੋਂ ਵਾਂਝੇ ਕਰਤੇ, ਫਿਰ ਹੁਣ ਵਿਹਲੇ ਆ ਜਾਂ ਇੰਜੋਏ ਤਾਂ ਇੰਜੋਏ ਕਰ ਰਹੇ ਹਾਂ, ਦੇਖਦੇ ਵਾਲੇ ਅਸੀਂ 6 ਤਰੀਕ ਤੱਕ, 6 ਤਰੀਕ ਨੂੰ, ਹਾਂਜੀ ਹਾਂਜੀ 6 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਡਰਾਈਵਰ ਭਾਈਚਾਰਾ ਸਾਰਿਆਂ ਦੇ ਨਾਲ ਅਸੀਂ ਤਹਿ ਦਿਲੋਂ ਤਨ ਮਨ ਤੇ ਧਨ ਸਾਰੇ ਨਾਲ ਅਸੀਂ ਨਾਲ ਹੀ ਸਹਿਯੋਗ ਦੇਵਾਂਗੇ ਤੇ ਮਜਬੂਰ ਕਰ ਦਾਂਗੇ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਤੇ। ਹੌਸਲੇ ਬੁਲੰਦ ਨੇ, ਹੌਸਲੇ ਪੂਰੇ ਬੁਲੰਦ ਨੇ ਜੀ। ਠੀਕ ਹੈ, ਸੋਸ਼ਲ ਮੀਡੀਆ ਤੇ ਕਾਫੀ ਵਧੀਆ ਵਾਇਰਲ ਹੋ ਰਿਹਾ ਤੁਹਾਡਾ ਗੀਤ, ਉਹ ਚੰਦ ਕਲਿਆਣਾ ਸੁਣਾਓਗੇ? ਸੋਸ਼ਲ ਮੀਡੀਆ ਤੇ, ਹਾਂਜੀ ਹਾਂਜੀ, ਸੋਸ਼ਲ ਮੀਡੀਆ ਤੇ ਜਿਹੜਾ ਵਾਇਰਲ ਹੋ ਰਿਹਾ ਉਹ ਗਾਣਾ, ਉਹਦੀਆਂ 4 ਕਲਿਆਣਾ ਇਹ ਨੇ, ਕਹਿੰਦਾ ਗੇੜਾ ਲਾ ਕੇ ਦੇਖ ਸਾਡੇ ਨਾਲ ਦਿੱਲੀ ਦਾ, ਗੇੜਾ ਲਾ ਕੇ ਦੇਖ ਸਾਡੇ ਨਾਲ ਦਿੱਲੀ ਦਾ, ਨੀ ਸੜਕਾਂ ਤੇ ਰੰਗ ਬੰਨ ਜੂ ਪੁੱਤ ਜੱਟਾਂ ਦੇ ਜੇ ਛੱਡ ਗਏ ਡਰਾਈਵਰੀ, ਸੜਕਾਂ ਨੂੰ ਜੰਗ ਲੱਗ ਜੂ, ਸੜਕਾਂ ਨੂੰ ਜੰਗ ਲੱਗ ਜੂ। ਇੱਕ ਪੈਂਦੇ ਸੱਪ ਦੀ ਸਰੀ ਤੇ ਨੋਟ ਚੱਕਣੇ, ਉਹ ਵੀ ਸੁਣਾ ਦੋ। ਉਹ ਕੇਂਦਰ ਸਰਕਾਰ ਨੂੰ ਇੱਕ ਗੁਜ਼ਾਰਿਸ਼ ਵੀ ਆ ਵੀ ਜਿਹੜਾ ਇਹ ਡਰਾਈਵਰੀ ਦਾ ਕਿੱਤਾ ਹੈ ਇਹ ਪੂਰੇ ਕਿਸੇ ਵੀ ਕੰਮ ਦੇ ਵਿੱਚ ਲਾ ਲਓ, ਡਰਾਈਵਰ ਭਾਈਚਾਰੇ ਦਾ ਬਹੁਤ ਵੱਡਾ ਸਹਿਯੋਗ ਆ, ਜਿਹੜਾ ਹਿੱਟ ਐਂਡ ਰਨ ਉਹਨਾਂ ਨੇ ਲਾਗੂ ਕੀਤਾ ਉਹਨਾਂ ਨੂੰ ਕਿਤੇ ਨਾ ਕਿਤੇ ਵਾਪਸ ਲੈਣਾ ਚਾਹੀਦਾ ਤੇ ਸਾਡਾ ਪੂਰਾ ਸਹਿਯੋਗ ਇਹੀ ਰਹੂਗਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਹਿੱਟ ਐਂਡ ਰਨ ਨੂੰ ਲਾਗੂ ਨਾ ਹੋਣ ਦਿੱਤਾ ਜਾਵੇ, ਕਿਉਂਕਿ ਹਿੱਟ ਐਂਡ ਰਨ ਲਾਗੂ ਬੇਸ਼ੱਕ ਕਰਤਾ ਪਰ ਸੌਖੀ ਇੰਨੀ ਡਰਾਈਵਰੀ ਹੈ ਨੀ ਗੀ ਜਿੰਨੀ ਮੋਦੀ ਸਾਹਿਬ ਨੂੰ ਲੱਗਦੀ ਆ। ਬਾਕੀ ਸੱਪਾਂ ਦੀ ਸਰੀਰ ਤੋਂ ਨੋਟ ਚੱਕਣੇ ਪੈਂਦੇ ਨੇ, ਗੱਲ ਉਹੀ ਆ ਸੜਕਾਂ ਦੇ ਉੱਤੇ ਧੁੰਦ ਦਾ ਸਾਹਮਣਾ ਕਰਨਾ ਪੈਂਦਾ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪੁਲਿਸ ਨੇ ਗੀਆਂ, ਦਿੱਲੀ ਪੁਲਿਸ, ਹਿਮਾਚਲ ਪੁਲਿਸ, ਉੱਤਰਾਖੰਡ ਦੀ ਪੁਲਿਸ, ਹਰ ਇੱਕ ਤਰ੍ਹਾਂ ਦੇ ਜਿਹੜਾ ਸਾਹਮਣਾ ਕਰਨਾ ਪੈਂਦਾ ਉਹ ਸੱਪ ਦੀ ਸਰੀਰ ਤੋਂ ਨੋਟ ਚੱਕਣ ਦੇ ਬਰਾਬਰ ਦੀ ਗੱਲ ਹੈ ਜੀ ਉਹ ਤੇ, ਪਰ ਸਾਡੇ ਹੌਸਲੇ ਤਾਂ ਫਿਰ ਵੀ ਬੁਲੰਦ ਨੇ, ਇਹ ਗੱਲ ਸੱਚੀ ਆ ਕਿ ਪੈਂਦੇ ਸੱਪ ਦੀ ਸਰੀਰ ਤੋਂ ਨੋਟ ਚੱਕਣੇ ਸੌਖੀ ਨੀ ਡਰਾਈਵਰੀ ਵੱਲੋਂ, ਕਿਉਂਕਿ ਕਿਤੇ ਨਾ ਕਿਤੇ ਜਦੋਂ ਵੀ ਕੋਈ ਸੜਕ ਹਾਦਸਾ ਹੁੰਦਾ ਤਾਂ ਕਿਤੇ ਨਾ ਕਿਤੇ ਜਿਹੜਾ ਟਰੱਕ ਡਰਾਈਵਰ ਹੋਗਾ ਉਸ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਂਦਾ, ਇਸ ਨੂੰ ਕਿਸ ਤਰ੍ਹਾਂ ਦੇਖਦੇ? ਹਾਂ, ਕਿਸੇ ਦੇ ਹਾਦਸੇ ਦੇ ਵਿੱਚ ਕੋਈ ਵੀ ਡਰਾਈਵਰ ਭਾਈਚਾਰਾ, ਬਹੁਤ ਜਗ੍ਹਾ ਤੇ ਅਸੀਂ ਸੁਣਨੇ ਵੀ ਰਹੇ ਹਾਂ ਤੇ ਸਾਡੇ ਨਾਲ ਮਤਲਬ ਕਿ ਸਾਡਾ ਕੋਈ ਕਸੂਰ ਨਾ ਹੁੰਦੇ ਹੋਏ ਵੀ ਫਿਰ ਵੀ ਸਾਨੂੰ ਬਹੁਤ ਜ਼ਿਆਦਾ ਮਤਲਬ ਜਿਹੜਾ ਔਖੇ ਟਾਈਮ ਦਾ ਸਾਹਮਣਾ ਕਰਨਾ ਪੈਂਦਾ ਤੇ ਉਸਦੇ ਬਾਵਜੂਦ ਵੀ ਅਸੀਂ ਮਤਲਬ ਕਿ ਇਹ ਕਿੱਤਾ ਜਿਹੜਾ ਡਰਾਈਵਰੀ ਦਾ ਅਸੀਂ ਕਰ ਰਹੇ ਹਾਂ ਕਿਉਂਕਿ ਸਾਡੇ ਹੌਸਲੇ ਪੂਰੇ ਬੁਲੰਦ ਨੇ, ਮਜਬੂਰ ਕਰ ਦਾਂਗੇ ਮੋਦੀ ਸਰਕਾਰ ਨੂੰ ਕਿ ਆਪਣਾ ਫੈਸਲਾ ਵਾਪਸ ਲੈਣ ਤੇ ਸਾਡੇ ਸਾਰਿਆਂ ਦੀ ਏਕਤਾ। ਕਈ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਵੀ ਕਿਸੇ ਨੇ ਡਰਾਈਵਰ ਨੇ ਕਿਸੇ ਨੂੰ ਤੜੜਤਾ, ਡਰਾਈਵਰ ਦੀ ਵੀ ਮੌਤਾਂ ਹੁੰਦੀਆਂ ਨੇ? ਸਾਰਾ ਕੁਝ ਹੁੰਦਾ ਜੀ, ਡਰਾਈਵਰ ਦੇਖੋ ਅਸੀਂ ਸਾਰੇ ਇਨਸਾਨ ਆ, ਇੱਕ ਕੁੱਤੇ ਦੀ ਜਾਂ ਕਿਸੇ ਵੀ ਮਤਲਬ ਜੀਵ ਜੰਤੂ ਦੀ ਲਾ ਲਓ, ਕਿਸੇ ਦੀ ਵੀ ਕੋਈ ਵੀ ਬੰਦਾ ਜਿਹੜਾ ਹੱਤਿਆ ਨਹੀਂ ਕਰ ਸਕਦਾ, ਅਸੀਂ ਕਿਸੇ ਕੁੱਤਾ ਵੀ ਸਾਡੀ ਗੱਡੀ ਦੇ ਸਾਹਮਣੇ ਆ ਜਾਂਦਾ ਤਾਂ ਉਹਨੂੰ ਬਚਾਉਣ ਦੇ ਲਈ ਵੀ ਅਸੀਂ ਆਪਣੀ ਜਾਨ ਤੇ ਖੇਲ ਜਾਂਦੇ ਹਾਂ ਤੇ ਅਸੀਂ ਫਿਰ ਮਤਲਬ ਕਿ ਕਿਉਂ ਕਿਸੇ ਦੇ ਮਤਲਬ ਹਨਾ ਤੁਸੀਂ ਸਮਝ ਸਕਦੇ ਹੋ ਤਾਂ ਇਹਦੇ ਵਿੱਚ ਕੋਈ ਡਰਾਈਵਰ ਦਾ ਰੂਲ ਉਹ ਨਹੀਂ ਹੁੰਦਾ ਕਿ ਉਹ ਜਾਣ ਬੁੱਝ ਕੇ ਕਿਸੇ ਦੇ ਉੱਪਰ ਗੱਡੀ ਚੜਾ ਦੇ ਜਾਂ ਕੁਛ ਵੀ ਹਨਾ, ਕਿਉਂਕਿ ਜਾਣ ਕਾਜ ਕਿਵੇਂ ਚੱਲ ਰਿਹਾ, ਕੰਮ ਕਾਰ ਮੰਦਾ ਜੀ, ਆਹ ਸਾਰੇ ਡਰਾਈਵਰ ਭਾਈਚਾਰਾ ਜਿਹੜਾ ਸਾਲਾ ਵਿਹਲਾ ਖੜਾ ਗਾ, ਅੱਜ 4-5 ਦਿਨ ਹੋ ਗਏ ਸਵੇਰੇ ਆ ਜਾਂਦੇ ਆ, ਰੋਟੀਆਂ ਖਾ ਕੇ ਸ਼ਾਮ ਨੂੰ ਘਰੇ ਵਾਪਸ ਮੁੜ ਜਾਂਦੇ ਆ, ਕੋਈ ਵੀ ਸਾਡਾ ਹੱਲ ਨਹੀਂ ਹੈਗਾ, ਸੜਕਾਂ ਤੇ ਆਵਾਜਾਈ ਦੇਖ ਲਓ 95% ਆਵਾਜਾਈ ਦਾ ਫਰਕ ਪੈ ਗਿਆ ਸਿਰਫ ਇਹ ਹਿੱਟ ਐਂਡ ਰਨ ਦੇ ਬਦੌਲਤ, ਪਰ 6 ਤਰੀਕ ਨੂੰ ਅਸੀਂ ਪੂਰਾ ਸਹਿਯੋਗ ਦੇਵਾਂਗੇ, ਦਿਲੋਂ ਦੇਵਾਂਗੇ, ਡਰਾਈਵਰ ਭਾਈਆਂ ਦਾ ਸਾਥ ਦੇਵਾਂਗੇ ਅਸੀਂ ਸਾਰੇ,
ਤਹਿ ਦਿਲੋਂ ਨਾ ਤਨ ਮਨ ਤੇ ਸਹਿਯੋਗ ਸਾਡਾ ਪੂਰਾ ਹੋ।